ਲਗਭਗ ਹੁਣ ਡੇਢ ਪੌਣੇ 2 ਸਾਲ ਵਿੱਚ ਤੁਸੀਂ ਕੀ ਕੀਤਾ ਨੌਕਰੀਆਂ ਦਿੰਦੇ ਨੇ ਤਾਂ ਬਾਹਰਲੇ ਨੂੰ ਦਿੰਦੇ ਨੇ 404 ਵੈਟਰਨਰੀ ਇਨਸਪੈਕਟਰ ਰੱਖੇ ਇਹਨਾਂ ਨੇ 134 ਜਿਹੜੇ ਨੇ ਉਹ ਗੈਰ ਪੰਜਾਬੀ ਹਰਿਆਣੇ ਤੇ ਰਾਜਸਥਾਨ ਤੋਂ ਲਿਆ ਕੇ ਰੱਖ ਲਏ ਤੇ ਸਾਡੇ ਬੱਚੇ ਇੱਥੇ ਧੱਕੇ ਖਾਂਦੇ ਫਿਰਦੇ ਨੇ ਵਿਦੇਸ਼ਾਂ 'ਚ ਜਾਂਦੇ ਫਿਰਦੇ ਨੇ ਸਭਾ ਦੇ ਮੈਂਬਰ ਸਾਰੇ ਗੈਰ ਪੰਜਾਬੀ ਨੇ ਤਾਂ ਫਿਰ ਇਹ ਆ ਜਿਹੜਾ ਬੋਕਰ ਵਾਲੇ ਫਿਰਦੇ ਨੇ ਵਿਚਾਰੇ ਝਾੜੂ ਮਾਰਦੇ ਫਿਰਦੇ ਰੋਜ਼ ਜੜੀ ਇਹਨਾਂ ਨੂੰ ਪੁੱਛਣਾ ਤਾਂ ਤੁਹਾਡੇ ਪੱਲੇ ਕੀ ਆ ਤੁਹਾਨੂੰ ਸਿਰਫ ਦਰਿਆ ਬਚਾਉਣ ਲਈ ਰੱਖਿਆ ਵਾ ਕੁੱਟਖਾਨ ਲਈ ਰੱਖਿਆ ਵਾ ਪੁੱਛੋ ਆਪਣੇ ਲੀਡਰਾਂ ਨੂੰ ਕਿ ਤੁਸੀਂ ਗੈਰ ਪੰਜਾਬੀਆਂ ਨੂੰ ਨੌਕਰੀਆਂ ਕਿਉਂ ਦੇਦੇ। ਇਹ ਇੱਕ ਕਿਸਮ ਦੀ ਹੁਣ ਠੀਠ ਥੋਏ ਹੋਏ ਨੇ ਔਰ ਇਹ ਜੋ ਕੁਝ ਕਹਿ ਰਹੇ ਨੇ ਉਹਦੇ ਉਲਟ ਕੰਮ ਕਰ ਰਹੇ ਨੇ। ਕਹਿੰਦੇ ਨਾ ਨਸ਼ਾ ਖਤਮ ਕਰਤਾ ਪੰਜਾਬ ਜਾ ਕੇ ਦੇਖੋ ਪੰਜਾਬ ਦੇ ਵਿੱਚ ਹਾਲਾਤ ਕੀ ਹੈਗੇ। ਕਹਿੰਦੇ ਵੀ ਇਹ ਤਾਂ ਪਿਛਲੀਆਂ ਸਰਕਾਰਾਂ ਕਾਂਗਰਸ ਦਾ ਲੈ ਆਂਦਾ ਹੋਇਆ, ਕਾਰਨੀਆਂ ਦਾ ਲੈ ਆਂਦਾ ਹੋਇਆ। ਅਸੀਂ ਕੀ ਕਰੀਏ ਕਹਿੰਦੇ ਗੰਦੀ ਬਹੁਤ ਪਾਇਆ ਹੋਇਆ 75 ਸਾਲਾਂ ਦਾ ਗੰਦ ਸਾਫ਼ ਕਰਨ ਤੇ ਕਹਿੰਦੇ ਟਾਈਮ ਲੱਗੂਗਾ। ਘਟਾਰੂ ਚੱਕ ਨੇ ਆਪਣੇ ਹੀ ਪਿੰਡ ਵਿੱਚ ਜਿਹੜੀ ਪੰਚਾਇਤ ਦਾ ਥਾਂ ਵਾ ਉਹਦੇ ਤੇ ਨਜਾਇਜ਼ ਕਬਜ਼ਾ ਕੀਤਾ ਹੈ ਉਹ ਸਾਰੇ ਟੱਪਰ ਨੇ ਇਹ ਜਗਾ ਗਰੀਬਾਂ ਵਾਸਤੇ ਪੰਜ-ਪੰਜ ਮਰਲੇ ਦੀ ਜਗਾ ਅਲੋਟ ਹੋਈ ਹੋਈ ਆ ਇਹਨਾਂ ਨੇ ਉਹਨਾਂ ਦਾ ਹੱਕ ਤੇ ਡਾਕਾ ਮਾਰ ਕੇ ਆਪਣਾ ਘਰ ਬਣਾਇਆ ਬੱਕਰੇ ਦੀ ਮਾਂ ਕਦੋਂ ਤੱਕ ਖੈਰ ਮਨਾਵੇਗੀ ਸੋ ਕੁਟਾਰੂ ਚੱਕ ਨੂੰ ਨੂੰ ਬਚਾਉਣ ਵਾਸਤੇ ਭਗਵੰਤ ਮਾਨ ਕਦੋਂ ਤੱਕ ਉਪਰਾਲੇ ਕਰੇਗਾ ਕਸੂਮ ਰਾਜ ਸਰਪੰਚ ਆ 올ਡ ਤਾਰਾਗੜ ਦਾ ਇਹਦਾ ਕਟਾਰੂ ਚੱਕ ਦੇ ਨਾਲ ਖੜਾ ਵਾ ਸਾਹਮਣੇ ਦਫਤਰ ਜੀ ਰੰਦਾ ਇਹਦੇ ਇਸ ਦੀ ਘਰ ਵਾਲੀ ਤੇ ਵੀ ਪਰਚਾ ਦਰਜ ਹੋਇਆ ਇਹਨਾਂ ਨੇ ਮਨਸੂਬਾ ਬਣਾਇਆ ਸੀਗਾ ਕਿ ਕੁਲਦੀਪ ਨੂੰ ਲਵਾ ਲੋ ਤੇ ਇਹਦੇ ਕੋ ਗਲਤ ਫੈਸਲਾ ਕਰਾ ਕੇ 92 ਕਿੱਲੇ ਕਬਜ਼ਾ ਕਰਾਂਗੇ ਕਿਉਂਕਿ ਉਹ ਰਾਵੀ ਦਰਿਆ ਦੇ ਕੰਢੇ ਦੇ ਉੱਤੇ ਜ਼ਮੀਨ ਹੈਗੀ ਉੱਤੇ ਗੈਰ ਕਾਨੂੰਨੀ ਮਾਈਨਿੰਗ ਕਰਾਂਗੇ ਕ੍ਰਸ਼ਰ ਲਾਵਾਂਗੇ ਪੈਸੇ ਕਮਾਵਾਂਗੇ ਖੁਦ ਵੀ ਖਾਵਾਂਗੇ ਉੱਤੇ ਵੀ ਦਿਵਾਂਗੇ ਤਾਂ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਨਾ ਕਿ ਜਿਹੜਾ ਤੁਸੀਂ ਕਿੰਨੇ ਪੰਚਾਇਤਾਂ ਦੀਆਂ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਛਡਾਰੇ ਆ ਉਹ ਬੰਦ ਕਰੋ ਯਾ ਤਾਂ ਇਹਦਾ ਵੀ ਛਡਾ ਕੇ ਦਿਖਾਓ ਪਰਚਾ ਦਰਜ ਕਰੋ ਇਹਨੂੰ ਕੱਢੋ ਆਪਣੀ ਕੈਬਨਟ ਚ ਨਹੀਂ ਤਾਂ ਉਹ ਜਿਹੜੇ 10000 ਕਿੱਲਾ ਤੁਸੀਂ ਕਹਿੰਦੇ ਸੀ ਛਡਾਇਆ ਗਰੀਬਾਂ ਨੂੰ ਉਹ ਵਾਪਸ ਕਰੋ ਉਹਨਾਂ ਨੂੰ ਨਾਸਕ ਪਾਲ ਸਿੰਘ ਖੇਰਾ ਦਾ ਲੱਗਦਾ ਲਾਲ ਸਿੰਘ ਕਟਾਰੂ ਚੱਕ ਮੰਤਰੀ ਹੋਰਾਂ ਦੇ ਨਾਲ ਜ਼ਿਆਦਾ ਹੀ ਪਿਆਰ ਆ ਕਦੇ ਵੀਡੀਓ ਕੱਢ ਲਿਆਉਂਦੇ ਆ ਤੇ ਕਦੇ ਕੋਈ ਘਰ ਦਾ ਮਸਲਾ ਅੱਜ ਨਵਾਂ ਮਸਲਾ ਲੈ ਕੇ ਪਹੁੰਚੇ ਨੇ ਚੰਡੀਗੜ੍ਹ ਤੋਂ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਖੈਰਾ ਸਾਹਿਬ ਲੱਗਦਾ ਜ਼ਿਆਦਾ ਪਿਆਰ ਪੈ ਗਿਆ ਜੀ ਕਦੇ ਵੀਡੀਓ ਲਿਆਉਣੇ ਆ ਅੱਜ ਘਰ ਦਾ ਮਸਲਾ ਕੱਢ ਲਿਆ ਜੀ ਕੀ ਮਸਲਾ ਕੀ ਆ ਨਹੀਂ ਨਹੀਂ ਮੇਰਾ ਕੋਈ ਨਾ ਕਿਸੇ ਨਾਲ ਕੋਈ ਪਰਸਨਲ ਰੰਜਿਸ਼ ਆ ਤਾਂ ਪੰਜਾਬ ਦੀ ਲੜਾਈ ਲੜ ਰਹੇ ਆ ਇਹ ਜਿਹੜੇ ਕਹਿੰਦੇ ਸੀ ਅਸੀਂ ਇੱਕ ਬਹੁਤ ਵੱਡਾ ਬਦਲਾਅ ਲੈ ਕੇ ਆਉਣਾ ਇਹਨਾਂ ਦੀਆਂ ਕਰਤੂਤਾਂ ਲੋਕਾਂ ਤੱਕ ਪਹੁੰਚਾ ਰਹੇ ਆ ਤੇ ਉਹ ਪੰਜਾਬੀ ਚ ਕਹਿੰਦੇ ਬੜਾ ਪੁਰਾਣਾ ਕਥਨ ਹੈਗਾ ਕਿ ਬੱਕਰੇ ਦੀ ਮਾਂ ਕਦੋਂ ਤੱਕ ਖੇਰ ਮਨਾਵੇਗੀ ਸੋ ਕਟਾਰੂ ਚੱਕ ਨੂੰ ਨੂੰ ਬਚਾਉਣ ਵਾਸਤੇ ਭਗਵੰਤ ਮਾਨ ਕਦੋਂ ਤੱਕ ਉਪਰਾਲੇ ਕਰੇਗਾ ਦੇਖੋ ਪਹਿਲਾਂ ਵੀਡੀਓਜ਼ ਆਈਆਂ ਬੜੀ ਗੰਦੀ ਹਰਕਤ ਸੀ ਵੈਸੇ ਹੀ ਕਰ ਦੇਣਾ ਚਾਹੀਦਾ ਸੀਗਾ ਫਿਰ 92 ਕਿੱਲੇ ਦਾ ਰੋਲਾ ਪੈ ਗਿਆ ਉਹ ਡੀਡੀਪੀਓ ਜਿਹੜਾ ਕੁਲਦੀਪ ਹੈਗਾ ਕੁਲਦੀਪ ਸਿੰਘ ਉਹ ਇਹਦਾ ਬੰਦਾ ਹੀ ਆ ਇਹਨਾਂ ਨੇ ਲਿਆਂਦਾ ਉੱਥੇ ਰਾਤੋਂ ਰਾਤ ਉਹਨੂੰ ਪ੍ਰਮੋਟ ਕਰਕੇ ਡੀਡੀਪੀਓ ਤਿੰਨ ਦਿਨਾਂ ਬਾਅਦ ਏਡੀਸੀ ਤੇ ਅਗਲੇ ਦਿਨ ਰਿਟਾਇਰ ਹੋਣਾ ਸੀ ਅੱਜ ਫੈਸਲਾ ਪੰਚਾਇਤ ਦੇ ਹੱਕ ਵਿੱਚ ਕਰ ਗਿਆ ਔਰ ਜਿਹੜੇ ਬੰਦੇ ਬੈਨੀਫਿਸ਼ੀਰੀ ਨੇ ਉਸ ਜ਼ਮੀਨ ਦੇ ਜਿਨ੍ਹਾਂ ਨੇ ਫਾਇਦਾ ਲਿਆ ਵਾ ਉਹ ਸਾਰੇ ਕਟਾਰੂ ਚੱਕ ਦੇ ਬੰਦੇ ਨੇ ਆ ਮੈਂ ਤੁਹਾਨੂੰ ਫੋਟੋ ਦਿਖਾ ਰਿਹਾ ਇਹ ਇੱਕ ਸੋਮਰਾਜ ਸਰਪੰਚ ਆ 올ਡ ਤਾਰਾਗੜ ਦਾ ਇਹਦਾ ਕਟਾਰੂ ਚੱਕ ਦੇ ਨਾਲ ਖੜਾ ਵਾ ਸਾਹਮਣੇ ਦਫਤਰ 'ਚ ਹੀ ਰਹਿੰਦਾ ਇਹਦੇ ਇਸ ਦੀ ਘਰ ਵਾਲੀ ਤੇ ਵੀ ਪਰਚਾ ਦਰਜ ਹੋਇਆ ਇਹਨਾਂ ਨੇ ਮਨਸੂਬਾ ਬਣਾਇਆ ਸੀਗਾ ਕਿ ਕੁਲਦੀਪ ਨੂੰ ਲਵਾ ਲੋ ਤੇ ਇਹਦੇ ਕੋਲ ਗਲਤ ਫੈਸਲਾ ਕਰਾ ਕੇ 92 ਕਿਲੇ ਕਬਜ਼ਾ ਕਰਾਂਗੇ ਕਿਉਂਕਿ ਉਹ ਰਾਵੀ ਦਰਿਆ ਦੇ ਕੰਡੇ ਦੇ ਉੱਤੇ ਜ਼ਮੀਨ ਹੈਗੀ ਉੱਤੇ ਗੈਰ ਕਾਨੂੰਨੀ ਮਾਈਨਿੰਗ ਕਰਾਂਗੇ ਕ੍ਰਸ਼ਰ ਲਾਵਾਂਗੇ ਪੈਸੇ ਕਮਾਵਾਂਗੇ ਖੁਦ ਵੀ ਖਾਵਾਂਗੇ ਉੱਤੇ ਵੀ ਦਿਵਾਂਗੇ ਇਸ ਕਰਕੇ ਹੁਣ ਤਾਂ ਘੜਾ ਭਰ ਗਿਆ ਇਹਦੇ ਪਾਪ ਦਾ ਔਰ ਮੈਂ ਸਮਝਦਾ ਭਗਵੰਤ ਮਾਨ ਨੂੰ ਇਹਨੂੰ ਹਟਾ ਦੇਣਾ ਚਾਹੀਦਾ ਔਰ ਪਰਚਾ ਦਰਜ ਕਰਨਾ ਚਾਹੀਦਾ ਔਰ ਇਸ ਤੋਂ ਇਲਾਵਾ ਅੱਜ ਜਿਹੜਾ ਮਸਲਾ ਸੀਗਾ ਉਹ ਇੱਕ ਕਟਾਰੂ ਚੱਕ ਨੇ ਆਪਣੇ ਹੀ ਪਿੰਡ ਵਿੱਚ ਜਿਹੜੀ ਪੰਚਾਇਤ ਦਾ ਥਾਂ ਵਾ ਉਹਦੇ ਤੇ ਨਜਾਇਜ਼ ਕਬਜ਼ਾ ਕੀਤਾ ਹੈ ਉਹਦੇ ਸਾਰੇ ਟੱਬਰ ਨੇ ਔਰ ਇਹ ਰਿਪੋਰਟ ਵੀਡੀਓ ਦੀ ਸਾਡੇ ਹੱਥ ਵਿੱਚ ਹੈ ਵੀਡੀਓ ਬਲੌਕ ਕਰੋਟਾ ਜ਼ਿਲ੍ਹਾ ਪਠਾਨਕੋਟ ਜਿਹੜਾ ਉਹਦਾ ਘਰ ਬਣਿਆ ਹੈ ਉੱਥੇ ਪਿੰਡ ਦੇ ਵਿੱਚ ਆ ਘਰ ਦੀ ਫੋਟੋ ਵੀ ਮੇਰੇ ਕੋਲ ਹੈਗੀ ਆ ਇਹ ਇਹ ਜਗਾ ਗਰੀਬਾਂ ਵਾਸਤੇ ਪੰਜ-ਪੰਜ ਮਰਲੇ ਦੀ ਜਗਾ ਅਲੋਟ ਹੋਈ ਹੋਈ ਆ ਇਹਨਾਂ ਨੇ ਉਹਨਾਂ ਦਾ ਹੱਕ ਤੇ ਡਾਕਾ ਮਾਰ ਕੇ ਆਪਣਾ ਘਰ ਬਣਾਇਆ ਹੁਣ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਜਿਹੜਾ ਤੂੰ ਕੰਨੇ ਪੰਚਾਇਤਾਂ ਦੀਆਂ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਛਡਾਰੇ ਆ ਉਹ ਬੰਦ ਕਰੋ ਜਾਂ ਤਾਂ ਇਹਦਾ ਵੀ ਛਡਾ ਕੇ ਦਿਖਾਓ ਪਰਚਾ ਦਰਜ ਕਰੋ ਇਹਨੂੰ ਕੱਢੋ ਆਪਣੀ ਕੈਬਨਿਟ ਚੋਂ ਨਹੀਂ ਤਾਂ ਉਹ ਜਿਹੜੇ 10000 ਕਿੱਲਾ ਤੁਸੀਂ ਕੰਨੇ ਅਸੀਂ ਛਡਾਇਆ ਗਰੀਬਾਂ ਨੂੰ ਉਹ ਵਾਪਸ ਕਰੋ ਉਹਨਾਂ ਨੂੰ ਮੈਂ ਜਾਵਾਂਗਾ ਵਿੱਚ ਜਦੋਂ ਵਿਧਾਨ ਸਭਾ ਚਾਣਾ ਮੰਤਰੀ ਢਾਲੀਵਾਲ ਸਰਾਂ ਨੇ ਤੁਹਾਡੇ ਤੇ ਵੀ ਸਵਾਲ ਚੁੱਕੇ ਸੀ ਕਹਿੰਦੇ ਵੀ ਤੁਹਾਡੇ ਸਾਥ ਸ਼ਰੀਕਾਂ ਕੋਲੇ ਕਹਿੰਦੇ ਜਮੀਨ ਆ ਨਾ ਪੰਚਾਇਤ ਦੀ ਕਹਿੰਦੇ ਉਹ ਖਾਲੀ ਕਰਵਾ ਦਿਓ ਉਦੋਂ ਇਹ ਗੱਲ ਕਹਿੰਦੇ ਸੀ ਕਹਿੰਦੇ ਨਾ ਕਿ ਦੇਖੋ ਮੇਰੇ ਖਿਲਾਫ ਕਿੱਡੇ 92 ਬੰਦੇ ਖੜੇ ਹੋ ਕੇ ਰੋਲਾ ਪਾਉਂਦੇ ਸੀਗੇ ਤੇ ਮੇਰੇ ਕੋਲ ਤਾਂ ਇੰਨੀ ਇੰਚ ਵੀ ਜਮੀਨ ਹੈ ਨਹੀਂ ਸੀ ਜੇ ਲੰਬੀ ਹੁੰਦੀ ਤੇ ਇਹਨਾਂ ਨੇ ਛੱਡਣਾ ਸੀ ਇਹਨਾਂ ਨੇ 50 ਸਾਲ ਚੱਕ ਕੇ ਪੁਰਾਣੀ ਐਫ ਆਈ ਆਰ ਮੇਰੇ ਤੇ ਦਰਜ ਕੀਤੀ ਆ ਇਸ ਕਰਕੇ ਇਹਨਾਂ ਦਾ ਇਮਤਿਹਾਨ ਹੈ ਕਿ ਤੁਸੀਂ ਵਿਰੋਧੀਆਂ ਤੇ ਤਾਂ بڑے ਹਮਲੇ ਕਰਦੇ ਹੋ ਗਰੀਬਾਂ ਤੋਂ ਛਡਾਉਨੇ ਹੋ ਕਿਲਾ ਕਿਲਾ ਦੋ ਦੋ ਕਿੱਲੇਆਂ ਨਾਲ ਤੋਂ ਜ਼ਮੀਨ ਚ ਢਾਲੀ ਵਾਟ ਅਬਾਊਟ ਯੋਰ ਮਿਨਿਸਟਰ ਜਿਹੜਾ ਗੈਰ ਕਾਨੂੰਨੀ ਕਬਜ਼ੇ ਦੇ ਕਰਕੇ ਆਪਣਾ ਘਰ ਬਣਾ ਕੇ ਪੰਚਾਇਤ ਦੀ ਥਾਂ ਦੇ ਉੱਤੇ ਬੈਠਾ ਜਿਹਦੀ ਰਿਪੋਰਟ ਵੀਡੀਓ ਨੇ ਤੁਹਾਨੂੰ ਮੈਂ ਦਿਖਾ ਦਿੱਤੀ ਹੈ ਮੁੱਖ ਮੰਤਰੀ ਸਾਹਿਬ ਜਦੋਂ ਪਹਿਲਾ ਵਿਜੇ ਸਿੰਘਲਾ ਦੇ ਉੱਤੇ ਕਾਰਵਾਈ ਕਰਦੇ ਆ ਉਦੋਂ ਕਹਿੰਦੇ 1% ਸਾਨੂੰ ਸ਼ੱਕ ਸੀ ਅਸੀਂ ਲਾ ਕੇ ਪਰੇ ਮਾਰਿਆ ਹੁਣ ਕਿਉਂ ਨਹੀਂ ਕਾਰਵਾਈ ਹੋ ਰਹੀ ਹੁਣ ਤਾਂ ਕਹਿੰਦਾ ਸਬੂਤ ਵੀ ਰੱਖਦੇ ਜਿਹੜਾ ਕਟਾਰੂ ਚੱਕ ਇਹਨਾਂ ਦਾ ਕਮਾਊ ਪੁੱਤ ਹੋਊਗਾ ਇਦਾਂ ਹੀ ਕੋਈ ਰੇਤਾ ਰੂਤਾ ਦੇ ਪੈਸੇ ਦਿੰਦਾ ਹੋਊਗਾ ਇਹਨਾਂ ਨੂੰ ਵੀ ਦਿੰਦਾ ਹੋਊਗਾ ਉੱਤੇ ਵੀ ਪਹੁੰਚਾਉਂਦਾ ਹੋਊਗਾ ਵਰਨਾ ਇੰਨਾ ਇਦਾਂ ਦੀ ਤਾਂ ਬੇਸ਼ਰਮ ਕੋਈ ਸਰਕਾਰ ਦੇਖੀ ਨਹੀਂ ਮੈਂ ਤੁਸੀਂ ਦੇਖੀ ਦੱਸ ਦਿਓ ਮੈਨੂੰ ਪਿਛਲੇ ਇੰਨੇ ਸਾਲਾਂ ਵਿੱਚ ਕਦੀ ਕਿਸੇ ਨੇ ਮੁੰਡਿਆਂ ਨੂੰ ਐਕਸਪਲੋਇਟ ਕੀਤਾ ਹੋਵੇ ਮੁੰਡਿਆਂ ਨਾਲ ਬਦਫੈਲੀ ਕੀਤੀ ਹੋਵੇ ਤੇ ਮਨਿਸਟਰ ਬੈਠਾ ਹੋਵੇ ਤਾਂ ਮੈਂ ਤਾਂ ਹੈਰਾਨ ਆ ਕਿ ਕਟਾਰੂ ਚੱਕ ਆਪਣੇ ਘਰ ਕਿੱਦਾਂ ਜਾਂਦਾ ਹੋਊਗਾ ਤੇ ਕਟਾਰੂ ਚੱਕ ਨੂੰ ਅਫਸਰ ਉਹਦੇ ਕਿੱਦਾਂ ਮਿਲਦੇ ਹੋਣਗੇ ਬੜੇ ਬਿਸ਼ਰਮ ਹੋਣੇ ਉਹ ਵੀ ਜਿਹੜੇ ਕਟਾਰੂ ਚੱਕ ਦੇ ਮੋਰੇ ਬੈਠਦੇ ਨੇ ਪਤਾ ਹੁੰਦਿਆਂ ਕਿ ਛੱਡਦਾ ਨਹੀਂ ਕਿਸੇ ਨੂੰ ਵੀ ਮੁੰਡੇ ਵੀ ਡਰਦੇ ਉਹਦੇ ਕੋਲ ਜਾਂਦੇ ਨਹੀਂ ਹੋਣੇ ਸੋ ਇਸ ਕਰਕੇ ਇਹ ਇੱਕ ਕਿਸਮ ਦੀ ਹੁਣ ਢੀਠ ਹੋਏ ਹੋਏ ਨੇ ਔਰ ਇਹ ਜੋ ਕੁਝ ਕਹਿ ਰਹੇ ਨੇ ਉਹਦੇ ਉਲਟ ਕੰਮ ਕਰ ਰਹੇ ਨੇ ਕਹਿੰਦੇ ਨਾ ਨਾ ਨਸ਼ਾ ਖਤਮ ਕਰਤਾ ਪੰਜਾਬ ਜਾ ਕੇ ਦੇਖੋ ਪੰਜਾਬ ਦੇ ਵਿੱਚ ਹਾਲਾਤ ਕੀ ਹੈਗੇ ਨੇ ਹਰ ਗਲੀ ਕੂਚੇ ਵਿੱਚ ਨਸ਼ਾ ਵੇਚ ਰਿਹਾ ਉਹ ਚੰਦ ਦਿਨ ਪਹਿਲਾਂ ਇੱਕ ਢਿਲਵਾ ਖੁਰਦ ਵਿੱਚ ਪਿੰਡਾਂ ਆਣੇ ਨੇ ਆਪੇ ਕਮੇਟੀਆਂ ਬਣਾਈਆਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਲੜਨਾ ਵਾ ਜਿੱਦਣ ਉਹ ਡਰੱਗ ਮਾਫੀਆ ਨੂੰ ਪਤਾ ਲੱਗਿਆ ਉੱਥੇ ਉਹ ਨੌਜਵਾਨ ਦਾ ਕਤਲ ਕਰ ਦਿੱਤਾ ਪਰसों ਉਹਦਾ ਭੋਗ ਆ ਮੇਰੇ ਆਪਣੇ ਹਲਕੇ ਵਿੱਚ ਰਾਹਪੁਰ ਪੀਰਬਖਸ਼ ਪਿੰਡ ਹੈ ਇੱਕ ਦੋ ਬੱਚੇ 31 ਤਰੀਕ ਨੂੰ ਜੀਟੀ ਰੋਡ ਹਮੀਦੇ ਦੇ ਉੱਤੇ ਇੱਕ ਪੁਲ ਦੇ ਥੱਲੇ ਨਸ਼ੇ ਦੇ ਓਵਰਡੋਜ਼ ਕਰਕੇ ਇਕੱਠਿਆਂ ਦੀ ਇੱਕੋ ਥਾਂ ਤੇ ਮੌਤਾਂ ਹੋਈਆਂ ਨੇ ਮੈਂ ਉਹ 9 ਤਰੀਕ ਨੂੰ ਭੋਗ ਅਟੈਂਡ ਕਰਕੇ ਆਇਆ ਔਰ ਲੜਕੀਆਂ ਨਸ਼ੇ ਦੀਆਂ ਦਿਸਣੀਆਂ ਸੋਸ਼ਲ ਮੀਡੀਆ ਤੇ ਮਕਬੂਲ ਪੁਰੇ ਦਾ ਰੌਲਾ ਪੈ ਰਿਹਾ ਹਰ ਥਾਂ ਹਾਹਾਕਾਰ ਮੱਚੀ ਪਈ ਹੈ ਕਿ ਜਿੰਨ ਦੇ ਨਸ਼ਾ ਬੰਦ ਕਰਤਾ ਭ੍ਰਿਸ਼ਟਾਚਾਰ ਬੰਦ ਕਰਤਾ ਕੱਚਾਂ ਚ ਦੇ ਕੇ ਹੱਥ ਫੋਟੋ ਖਚਾਈ ਹੋਈ ਹੈ ਕਿੱਥੇ ਭ੍ਰਿਸ਼ਟਾਚਾਰ ਬੰਦ ਹੋ ਮੈਂ ਪੁੱਛਣਾ ਕਰਦੇ ਆ ਕਹਿੰਦੇ ਵੀ ਇਹ ਤਾਂ ਪਿਛਲੀਆਂ ਸਰਕਾਰਾਂ ਕਾਂਗਰਸ ਦਾ ਲੈ ਜਾਂਦਾ ਹੋਇਆ ਕਰ ਲਿਆ ਦਾ ਲੈ ਜਾਂਦਾ ਹੋਇਆ ਅਸੀਂ ਕੀ ਕਰੀਏ ਕਹਿੰਦੇ ਗਾਂਧੀ ਬਹੁਤ ਪਾਇਆ ਹੋਇਆ 75 ਸਾਲਾਂ ਦਾ ਗੰਦ ਸਾਫ਼ ਕਰਨ ਤੇ ਕਹਿੰਦੇ ਟਾਈਮ ਲੱਗੂਗਾ ਨਹੀਂ ਤੇ ਫਿਰ ਕੇਜਰੀਵਾਲ ਨੇ ਇਹ ਕਿਉਂ ਕਿਹਾ ਸੀ ਕਿ ਤਿੰਨ ਮਹੀਨਿਆਂ ਚ ਨਸ਼ਾ ਖਤਮ ਕਰ ਦੂੰਗਾ 24 ਘੰਟਿਆਂ ਚ ਬ ਅਸੀਂ ਤਾਂ ਤੁਹਾਡਾ ਝੂਠ ਚੇਤੇ ਕਰਾ ਰਹੇ ਹਾਂ ਤੁਹਾਨੂੰ ਔਰ ਹੁਣ ਕਿੰਨੀ ਦੇਰ ਤੱਕ ਪ੍ਰਾਣਿਆਂ ਨੂੰ ਕੁਛਣਗੇ ਪ੍ਰਾਣਿਆਂ ਨੂੰ ਲੋਕਾਂ ਨੇ ਸਜ਼ਾ ਦੇ ਦਿੱਤੀ ਹੋਈ ਆ ਤੁਸੀਂ ਆਪਣੀ ਗੱਲ ਦੱਸੋ ਕਿ ਤੁਸੀਂ ਪਿਛਲੇ ਲਗਭਗ ਹੁਣ ਡੇਢ ਪੌਣੇ 2 ਸਾਲ ਵਿੱਚ ਤੁਸੀਂ ਕੀ ਕੀਤਾ ਵਾ ਨੌਕਰੀਆਂ ਦਿੰਦੇ ਨੇ ਤਾਂ ਬਾਹਰਲੇ ਨੂੰ 404 ਵੈਟਰਨਰੀ ਇਨਸਪੈਕਟਰ ਰੱਖੇ ਇਹਨਾਂ ਨੇ 134 ਜਿਹੜੇ ਨੇ ਉਹ ਗੈਰ ਪੰਜਾਬੀ ਹਰਿਆਣੇ ਤੇ ਰਾਜਸਥਾਨ ਤੋਂ ਲਿਆ ਕੇ ਰੱਖ ਲਏ ਨੇ ਤੇ ਸਾਡੇ ਬੱਚੇ ਇੱਥੇ ਧੱਕੇ ਖਾਂਦੇ ਫਿਰਦੇ ਨੇ ਵਿਦੇਸ਼ਾਂ 'ਚ ਜਾਂਦੇ ਫਿਰਦੇ ਨੇ ਤੇ ਵਿਦੇਸ਼ਾਂ ਨੂੰ ਜਾਣਾ ਹੀ ਆ ਜੇ ਇੱਥੇ ਨੌਕਰੀ ਨਹੀਂ ਕਿਸੇ ਨੇ ਵੀ ਦੇਣੀ ਮਾਤੇ ਸਾਹਿਬ ਤਾਂ ਕਹਿੰਸੀ ਗੋਰੇ ਆਇਆ ਕਰਨਗੇ ਨੌਕਰੀਆਂ ਲਾ ਕੇ ਕੁਛ ਅੰਦਾਜ਼ਾ ਲਾ ਲਓ ਕਿ ਗੋਰੇ ਦਾ ਕੀ ਲਿਆਉਣੇ ਨੇ ਆ ਹਰਿਆਣੇ ਵਾਲੇ ਜ਼ਰੂਰ ਲਿਆਉਂਦੇ ਨੇ ਕਿਉਂਕਿ ਅਸਲ ਵਿੱਚ ਕੀ ਆ ਕਿ ਇਹ ਸਰਕਾਰ ਨੂੰ ਚਲਾਉਣ ਵਾਲੇ ਤਾਂ ਉੱਤੇ ਹੀ ਬੈਠੇ ਨੇ ਨਾ ਰਾਗਵ ਚੱਡਾ ਤੇ ਕੇਜਰੀਵਾਲ ਉਹਨਾਂ ਦੀ ਮਰਜ਼ੀ ਆ ਨਾ ਕਿ ਹਰਿਆਣੇ ਵਾਲੇ ਭਰਤੀ ਕਰੀਏ ਇੱਧਰ ਔਰ ਇਹ ਪਹਿਲਾ ਮੁਕਾਮ ਨਹੀਂਗਾ ਪਹਿਲਾਂ ਵੀ ਇਹਨਾਂ ਨੇ ਜਿਹੜੇ ਬਿਜਲੀ ਬੋਰਡ ਚ ਭਰਤੀ ਕੀਤੇ ਸਾਰੇ ਲਾਈਨਮੈਨ ਵਗੈਰਾ ਉਹ ਸਾਰੇ ਬਾਹਲੇ ਸੂਬਿਆਂ ਦੇ ਸੀ ਇਹਨਾਂ ਨੇ ਡਾਇਰੈਕਟਰ ਪਬਲਿਕ ਰਿਲੇਸ਼ਨ ਚ 100 ਦੇ ਕਰੀਬ ਨੌਜਵਾਨ ਰੱਖਿਆ ਸਾਰਾ ਜਿਹੜਾ ਸੋਸ਼ਲ ਮੀਡੀਆ ਚਲਾਉਂਦਾ ਉਹ ਸਾਰਾ ਗੈਰ ਪੰਜਾਬੀ ਆ ਔਰ ਇਦਾਂ ਹੀ ਇਹਨਾਂ ਨੇ ਜਿੰਨੇ ਅਫਸਰ ਲਾਏ ਨੇ ਇਹਨਾਂ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਜਿਹੜੀ ਚੇਅਰਪਰਸਨ ਲਾਈ ਉਹ ਦਿੱਲੀੋਂ ਲਿਆਂਦੀ ਹੈ ਕੇਜਰੀਵਾਲ ਨੇ ਉਸ ਤੋਂ ਪਹਿਲਾਂ ਇਹਨਾਂ ਨੇ ਉਹ ਲਾਇਆ ਸੀਗਾ ਰੇਰਾ ਦਾ ਚੇਅਰਮੈਨ ਉਹ ਕੇਜਰੀਵਾਲ ਦਾ ਰਿਟਾਇਰਡ ਐਡੀਸ਼ਨਲ ਚੀਫ ਸੈਕਟਰੀ ਸੀਗਾ ਆ ਹੁਣ ਜਿਹੜਾ ਬਾਬਾ ਫਰੀਦ ਯੂਨੀਵਰਸ ਜੀ ਸਭਾ ਦੇ ਮੈਂਬਰ ਸਾਰੇ ਗੈਰ ਪੰਜਾਬੀ ਨੇ ਤਾਂ ਫਿਰ ਆ ਜਿਹੜਾ ਬੋਕਰ ਵਾਲੇ ਫਿਰਦੇ ਨੇ ਵਿਚਾਰੇ ਝਾੜੂ ਮਾਰਦੇ ਫਿਰਦੇ ਰੋਜ਼ ਜੜੀ ਇਹਨਾਂ ਨੂੰ ਪੁੱਛਣਾ ਤਾਂ ਤੁਹਾਡੇ ਪੱਲੇ ਕੀ ਆ ਤੁਹਾਨੂੰ ਸਿਰਫ ਦਰਿਆ ਬਚਾਉਣ ਲਈ ਰੱਖਿਆ ਵਾ ਕੁੱਟ ਖਾਣ ਲਈ ਰੱਖਿਆ ਵਾ ਪੁੱਛੋ ਆਪਣੇ ਲੀਡਰਾਂ ਨੂੰ ਕਿ ਤੁਸੀਂ ਗੈਰ ਪੰਜਾਬੀਆਂ ਨੂੰ ਨੌਕਰੀਆਂ ਕਿਉਂ ਦੇ ਰਹੇ ਸਰ ਸਭਾ ਵਿੱਚ ਪੰਚਾਇਤਾਂ ਵੀ ਭੰਗ ਕਰਤੀਆਂ ਹਨਾ ਡੇਟ ਵੀ ਅਨਾਉਂਸ ਕਰਤੀ ਕਹਿੰਦੇ ਚੋਣਾ ਕਰਵਾਵਾਂਗੇ ਇੱਕ ਜਿਹੜਾ ਆਰਡਰ ਸਾਰਾ ਕੁਝ ਕਰ ਦਿੰਦਾ ਇਹਨਾਂ ਖਿਆਲ ਇਹ ਉਹੀ ਆਰਡਰ ਆ ਜਿਹੜਾ ਇਹ ਬੀਜੇਪੀ ਨੂੰ ਰੋਲਾ ਪਾਉਂਦੇ ਨੇ ਕਿ ਆਰਡੀਨੈਂਸ ਕਰਤਾ ਕਿ ਸੁਪਰੀਮ ਕੋਰਟ ਨੂੰ ਬਾਈਪਾਸ ਕਰਕੇ ਆਰਡੀਨੈਂਸ ਕਰਤਾ ਇਹ ਵੀ ਆਰਡੀਨੈਂਸ ਹਲੇ ਟਰਮਸ ਪਈਆਂ ਸਿਗੀਆਂ ਬਲੌਕ ਸੰਮਤੀ ਦੀਆਂ ਜ਼ਿਲ੍ਹਾ ਪਰਿਸ਼ਦ ਔਰ ਨਗਰ ਪੰਚਾਇਤਾਂ ਦੀਆਂ ਤਿੰਨ ਤਿੰਨ ਚਾਰ ਚਾਰ ਮਹੀਨੇ ਟਰਮਸ ਸੀਗੀ ਉਹ ਪੂਰੀ ਨਹੀਂ ਹੋਈ ਹਲੇ ਇਸ ਕਰਕੇ ਦੂਜਿਆਂ ਨੂੰ ਜੋ ਇਲਜ਼ਾਮ ਲਾਉਂਦੇ ਨੇ ਉਹੀ ਸਾਰੀਆਂ ਗੱਲਾਂ ਇੱਥੇ ਆਪ ਗਲਤ ਕਰ ਰਹੇ ਨੇ ਉਹ ਗਲਤ ਆ ਔਰ ਦੂਜਾ ਕਿ ਜਿਹੜੀ ਪੰਚਾਇਤ ਦੀ ਡੇਟ ਰੱਖੀ ਆ ਮੈਨੂੰ ਲੱਗਦਾ ਨਾ ਭਗਵੰਤ ਨੂੰ ਤੇ ਨਾ ਕਿਸੇ ਅਫਸਰ ਨੂੰ ਪਤਾ ਵਾ ਕਿ 31 ਡਿਸੰਬਰ ਪੋਲਿੰਗ ਆ ਔਰ ਸਾਰਾ ਅਖੀਲਾ ਦਸੰਬਰ ਦਾ ਹਫਤਾ ਸਾਡਾ ਸ਼ਹੀਦੀ ਹਫਤਾ ਵਾ ਸਾਬਜਾਦਿਆਂ ਦੀ ਸ਼ਹਾਦਤ ਹੋਈ ਆ 25 26 27 ਨੂੰ ਜੋੜ ਮੇਲਾ ਲੱਗਦਾ ਲੋਕੀ ਪੁੰਜੇ ਸੌਂਦੇ ਨੇ ਲੋਕੀ ਆਪਣੇ ਮੰਜਾਂ ਦੇ ਨਹੀਂ ਸੌਂਦੇ ਬਿਸਤਰਾਂ ਦੇ ਨਹੀਂ ਤੇ ਇਹ ਹੁਣ ਪੰਚਾਇਤ ਦੀਆਂ ਚੋਣਾ ਰੱਖ ਕੇ ਤੇ ਸ਼ਰਾਬਾਂ ਪਲਾਉਣਗੇ ਲੋਕਾਂ ਨੂੰ ਗਲਤ ਗੱਲ ਹੈ ਯੂਨੀਵਰਸਟੀਆਂ ਦੇ ਵਿੱਚ ਬਹੁਤ ਰੋਲੇ ਪੈ ਰਹੇ ਆ ਪਹਿਲਾ ਪੀਏਯੂ ਦਾ ਮਾਮਲਾ ਸਾਹਮਣੇ ਆਇਆ ਕੁੜੀਆਂ ਦੇ ਨਾਲ ਇੱਕ ਪ੍ਰੋਫੈਸਰ ਕਹਿੰਦੇ ਜਿਹੜਾ ਅਸ਼ਲੀਲ ਹਰਕਤਾਂ ਕਰਦਾ ਹੁਣ ਗੁਨਾਨਕ ਦੇ ਯੂਨੀਵਰਸਿਟੀ ਦੇ ਸਟੂਡੈਂਟ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਨੂੰ ਕਿਵੇਂ ਦੇ ਗਲਤ ਕਹਿ ਲੈਣਾ ਜੀ ਐਕਚੁਅਲੀ ਕੀ ਹੈ ਕਿ ਬਹੁਤੇ ਜ਼ਿਆਦਾ ਅਫਸਰ ਹੀ ਇਹਨਾਂ ਨੇ ਬਾਹਰੋਂ ਲਾਤੇ ਉਹਨਾਂ ਨੂੰ ਪਤਾ ਹੀ ਨਹੀਂ ਸਾਡੇ ਸੱਭਿਆਚਾਰ ਸਾਡੀਆਂ ਪਰੰਪਰਾਵਾਂ ਦਾ ਸਾਡੇ ਜੋ ਹੋਣਾ ਚਾਹੀਦਾ ਵਾ ਕਿਸ ਤਰ੍ਹਾਂ ਦਾ ਯੂਨੀਵਰਸਿਟੀ ਕੈਂਪਸ ਰਨ ਕਰਨੇ ਚਾਹੀਦੇ ਔਰ ਜੋ ਅੰਮ੍ਰਿਤਸਰ ਦਾ ਤੁਸੀਂ ਲੈ ਕੇ ਆਏ ਹੋ ਮਸਲਾ ਉਹਦੇ ਵਿੱਚ ਮੈਂ ਸਮਝਦਾ ਕਿ ਸਖਤ ਤੋਂ ਸਖਤ ਕਾਰਵਾਈ ਹੋ ਉਹ ਸ਼ੁਕਰੀਆ ਤਸੁਖਬਾਲ ਸਿੰਘ ਖੈਰਾ ਸਾਡੇ ਨਾਲ ਮੌਜੂਦ ਸੀਗੇ ਅਕਸਰ ਹੀ ਪੰਜਾਬ ਦੇ ਮੁੱਦਿਆਂ ਦੇ ਉੱਤੇ ਪੰਜਾਬ ਦੇ ਹੱਕਾਂ ਦੀ ਜਦੋਂ ਗੱਲ ਆਉਂਦੀ ਹੈ ਤਾਂ ਇਹ ਹਮੇਸ਼ਾ ਬੇਬਾਕੀ ਦੇ ਨਾਲ ਬੋਲਦੇ ਨਜ਼ਰ ਆਉਂਦੇ ਨੇ ਕੈਮਰਾ ਪਰਸਨ ਜਮਦਪ ਸਿੰਘ ਦੇ ਨਾਲ ਲੀਵਨ ਰਾਜੇ ਸਿੰਘ ਪੁੱਲਰ ਚੰਡੀਗੜ੍ਹ